हाँ भाई की ना है? शुभाष। शुभाष की करना है? मैं स्नूकर क्लब करता हूँ। स्नूकर क्लब है अपना किथे? बीएमसी स्टॉप है। की मामला सी बिनोई दे नाल तेरा? मेरा बनवाई सी ओदा ना पान खा के ना कोई दिन तो आदे थोड़ा या खराब हो गया सी। पान खा के जी खुशक अच्छा। हो गया सी यानी के 2 महीने तो ना दिन थोड़ा ज्यादा मेंटल हो गया सी। अच्छा मशीरा नु कुटदा सी मारदा सी। अच्छा असे बर्दाश्त कीती जा रहा सी। ठीक है लेकिन एक दिन आया घर आके भी कुटन बह पिया। ठीक है उस तो अगले दिन आया फिर उन्हें यही हरकत कीती हैगी है। और जो उन्हें हरकत कीती हैगी 2022 दे विच? हां जी। अच्छा ਉਹ ਫਿਰ ਆਇਆ ਐਸਾ ਘਰ ਸਾਂਸੇ ਉਹਨੇ ਬਦਤਮੀਜ਼ੀ ਕੀਤੀ ਸਾਡੇ ਕੋਲ ਬਰਦਾਸ਼ਤ ਨਹੀਂ ਹੋਈ ਅਸੀਂ ਉਹਦੇ ਨਾਲ ਲੜੇ ਹਾਂ ਉੱਥੋਂ ਗੱਲ ਵੱਧ ਗਈ ਹੈ। ਕੌਣ ਕੌਣ ਸੀ ਜਦੋਂ ਆਇਆ? ਮੈਂ ਤੇ ਮੇਰਾ ਵੱਡਾ ਭਰਾ ਤੇ ਮੇਰੀ ਮਸ਼ੀਰਾ ਜਿਹਦੇ ਨਾਲ ਉਹਦੀ ਸ਼ਾਦੀ ਹੋਈ ਸੀ। ਅੱਛਾ ਉਹ ਵੀ ਸੀ ਜੀ। ਭੈਣ ਵੀ ਗਈ ਸੀ ਘਰ ਜੀ। ਉਸ ਦਿਨ ਵੀ ਆ ਕੇ ਕੀ ਕਹਿੰਦਾ? ਉਹਦੇ ਨਾਲ ਵੀ ਲੜੀ ਜਾਣ ਦਿਆ ਸੀ। ਕੀ ਨਾਂ ਸੀ? ਸ਼ਬਾਜ਼ ਨਾਂ ਸੀ ਜੀ। ਅੱਛਾ ਕੀ ਲੜ ਕੀ ਰਿਹਾ ਸੀ? ਐਵੇਂ ਬੇਤੁਕਾ ਉਹਦੇ ਨਾਲ ਲੜੀ ਜਾਣ ਦਿਆ ਸੀ ਬਦਤਮੀਜ਼ੀ ਚਪੇੜਾਂ ਉਹਨੂੰ ਮਾਰਨ ਦਿਆ ਸੀ। ਅੱਛਾ ਉਹ ਫਿਰ ਸਾਡੇ ਕੋਲ ਦੇਖਿਆ ਨਹੀਂ ਗਿਆ ਸੀ ਉਹਦੇ ਨਾਲ ਗੋਤੀ ਪੈ ਗਏ ਹੱਥੀ ਪੈ ਉਹਨੂੰ ਲੱਤਾਂ ਲੁੱਤਾਂ ਸੇ ਮਾਰੀਆਂ। ਤੇਰੀ ਵੱਡੀ ਮਸ਼ੀਰਾ ਸੀ? ਹਾਂਜੀ ਮੈਂ ਸ਼ਾਦੀ ਹੋਈ ਸੀ ਜੀ। ਕਿੰਨੇ ਸਾਲ ਹੋਏ ਸੀ ਸ਼ਾਦੀ ਨੂੰ? 12 ਸਾਲ। 12 ਸਾਲ ਬੱਚੇ ਬੁੱਚੇ ਹੈਗੇ ਸੀ? ਨਹੀਂ। ਅੱਛਾ ਠੀਕ ਹੈ ਮਾਰਨ ਲੱਗ ਗਿਆ ਤੁਹਾਡੇ ਸਾਹਮਣੇ ਜੀ? ਫਿਰ ਅੱਗੋਂ ਦੇ ਅਸੀਂ ਹੱਥੀ ਪੈ ਗਏ ਹਾਂ। ਕੌਣ ਕੌਣ? ਮੈਂ ਤੇ ਮੇਰਾ ਵੱਡਾ ਭਰਾ। ਅੱਛਾ ਕੀ ਨਾਮ ਹੈ ਵੱਡੇ ਭਰਾ ਦਾ? ਸਾਜਦ। ਅੱਛਾ ਅਸੀਂ ਉਹਦੇ ਨਾਲ ਹੱਥੀ ਪੈ ਹੱਥੀ ਪੈਂਦੇ ਪੈਂਦੇ ਗੱਲ ਵਾਹ ਵੱਧ ਗਈ ਗੁੱਸਾ ਉਹਨੂੰ ਵੀ ਚੜ ਗਿਆ ਸਾਨੂੰ ਵੀ ਚੜ ਗਿਆ ਅਸੀਂ ਫਿਰ ਉਹਦੇ ਨਾਲ ਲੜੇ ਹਾਂ। ਉਸ ਬਾਅਦ ਵੱਡੇ ਭਰਾ ਨੇ ਰੱਸੀ ਫੜ ਲਈ ਹੈ। ਠੀਕ ਹੈ ਨਾ ਰੱਸੀ ਫੜ ਕੇ ਉਹਦੇ ਗਲੇ 'ਤੇ ਹੋ ਗਿਆ ਮੈਂ ਉਹਦੀਆਂ ਲੱਤਾਂ ਫੜ ਲਈਆਂ ਨੇ। ਲੱਤਾਂ ਫੜਦਿਆਂ ਉਹਨੂੰ ਅਸੀਂ ਨਾ ਉਂਝ ਗਿੱਚੀ ਘੁੱਟਣਾ ਹੈ ਮਾਰਨ ਦੇ ਰਾਤ ਦੇ ਨਹੀਂ ਲੇਕਿਨ ਉਹਦੀ ਗਿੱਚੀ ਘੁੱਟੀ ਅਸੀਂ ਸਮਝਿਆ ਬੇਹੋਸ਼ ਹੋ ਗਿਆ ਲੇਕਿਨ ਉਹ ਬੇਹੋਸ਼ ਨਹੀਂ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ। ਠੀਕ ਹੈ ਸਿਸਟਰ ਵੀ ਉੱਥੇ ਹੀ ਸੀ ਤੇਰੀ? ਨਹੀਂ ਸਿਸਟਰ ਉਦੋਂ ਚਲੀ ਗਈ ਸੀ। ਉਦੋਂ ਕਿੱਥੇ ਚਲੀ ਗਈ? ਲੜਨਾ ਉਹਦੇ ਸਾਹਮਣੇ ਸ਼ੁਰੂ ਕੀਤਾ ਅਤੇ ਉਹ ਕਿੱਥੇ ਚਲੀ ਗਈ? ਉਦੋਂ ਸਿਸਟਰ ਚਲੀ ਗਈ ਸੀ ਨਾ ਮਸ਼ੀਰਾ ਘਰ। ਹਾਂ ਉਹ ਉਧਰ ਗਈ ਹੈ ਪਿੱਛੋਂ ਉਹਦੇ ਨਾਲ ਸਾਡੀ ਲੜਾਈ ਹੋਈ ਅੰਮੀ ਉਹਨਾਂ ਲੈਣ ਗਈ ਹੈ ਕਿ ਘਰ ਲੜਨ ਦਾ ਨਹੀਂ। ਲੜਾਈ ਹੋਈ ਤੁਸੀਂ? ਤੂੰ ਪਹਿਲੇ ਮੈਨੂੰ ਇਹ ਦੱਸਿਆ ਕਿ ਸਿਸਟਰ ਦੇ ਸਾਹਮਣੇ ਲੜਾਈ ਸ਼ੁਰੂ ਹੋ ਗਈ? ਸਿਸਟਰ ਨਾਲ ਕੱਢ ਰਿਹਾ ਸੀ ਤੇ ਲੜਾਈ ਸ਼ੁਰੂ ਹੋ ਗਈ ਉਹਦੇ ਨਾਲ ਲੜਿਆ ਨਾ ਅੰਮੀ ਚੜ ਗਈ ਸੀ ਮੇਰੀ ਦੂਜੀ ਮਸ਼ੀਰਾ ਰਹਿੰਦੀ ਰਮਟੋਨ ਉਧਰ ਚਲ ਗਈ ਉਹਨਾਂ ਨੂੰ ਲੈਣ। ਠੀਕ ਹੈ ਨਾ ਚਲੀ ਗਈ ਮੇਰੀ ਮਸ਼ੀਰਾ ਜਿਹਦੇ ਨਾਲ ਉਹ ਲੜਿਆ ਸੀ ਉਹਨਾਂ ਨੂੰ ਲੈਣ ਗਈ ਹੈ ਪਿੱਛੋਂ ਸਾਡੀ ਉਹਦੇ ਨਾਲ ਲੜਾਈ ਹੋ ਪਈ। ਅੱਛਾ ਯਾਨੀ ਕਿ ਉਹਨੂੰ ਆਉਣ ਤੇ ਕੋਈ ਅੱਧਾ ਪੌਣਾ ਘੰਟਾ ਲੱਗ ਗਿਆ ਉਹ ਪੌਣੇ ਘੰਟੇ ਦੇ ਵਿੱਚ ਅਸੀਂ ਉਹਦਾ ਕਤਲ ਕਰ ਦਿੱਤਾ। ਕਤਲ ਕਰਤਾ ਜੀ? ਫਿਰ ਕੀ ਕੀਤਾ ਕਤਲ ਕਰਕੇ? ਕਤਲ ਕਰਕੇ ਉਹਨੂੰ ਉਸ ਤੋਂ ਬਾਅਦ ਅਸੀਂ ਉਹਦੇ ਮੰਜੀ ਦੇ ਥੱਲੇ ਉਹਨੂੰ ਲੰਮੇ ਪਾਤਾ ਆਪਣੀ। ਹਾਂਜੀ ਠੀਕ ਹੈ ਕਿ ਪਤਾ ਨਾ ਲੱਗੇ। ਠੀਕ ਹੈ ਠੀਕ ਹੈ ਉਹ ਫਿਰ ਉੱਧਰ ਗਿਆ ਨੇ ਮੇਰੀ ਮਸ਼ੀਰਾ ਉੱਧਰ ਹੋ ਰਹੀ ਸੀ ਰੱਸੀ ਪਾ ਕੇ ਨੱਪਿਆ ਸੀ ਗਲਾ? ਹਾਂਜੀ ਉਹ ਮੇਰੇ ਵੱਡੇ ਭਰਾ ਨੇ। ਅੱਛਾ ਤੂੰ ਲੱਤਾਂ ਫੜੀਆਂ? ਮੈਂ ਲੱਤਾਂ ਫੜੀਆਂ ਸੀ। ਠੀਕ ਹੈ ਫਿਰ? ਫਿਰ ਉਹਨੂੰ ਉੱਥੇ ਨਾਲ ਰੱਖੀ ਰੱਖਿਆ ਸੀ ਘਰ ਵਾਲੇ ਉੱਧਰ ਸਾਲ ਹੀ ਰਹਿ ਗਈ ਸੀ ਮਸ਼ੀਰਾ ਘਰ ਉਹ ਸਾਲ ਕੀ ਰਹਾ ਉੱਧਰ ਦੇਖਣ ਮੈਂ ਪੈ। ਠੀਕ ਹੈ ਮਸ਼ੀਰਾ ਵੀ ਮੇਰੀ ਉੱਧਰ ਹੀ ਰਹਿ ਪਈ। ਅਤੇ ਰਾਤ ਨੂੰ ਤਕਰੀਬਨ ਕੋਈ 11-12 ਵਜੇ ਦਾ ਟਾਈਮ ਹੋਇਆ ਮੋਟਰਸਾਈਕਲ ਤੋਂ ਆਇਆ ਸੀ ਉਹਦੀ ਮੋਟਰਸਾਈਕਲ ਦੇ ਉੱਤੇ ਉਹਨੂੰ ਅਸੀਂ ਮੋਟਰਸਾਈਕਲ ਤੇ ਬਾਇਆ। ਮਾਰਿਆ ਕਿੰਨੇ ਵਜੇ ਸੀ? ਕਤਲ ਕਿੰਨੇ ਵਜੇ ਕੀਤਾ? ਤਕਰੀਬਨ ਕੋਈ 8 ਵਜੇ। 8 ਵਜੇ ਕਤਲ ਕੀਤਾ? ਸਹੀ ਹੈ ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਮੋਟਰਸਾਈਕਲ ਤੇ ਬਾਇਆ। 12 ਵਜੇ ਲੈ ਕੇ ਗਏ ਹੋ? ਹਾਂਜੀ 4 ਘੰਟਿਆਂ ਬਾਅਦ। 4 ਘੰਟੇ ਕੋਈ ਨਹੀਂ ਆਇਆ ਘਰ ਉਦੋਂ ਤੱਕ? ਨਹੀਂ ਉੱਧਰ ਸਾਲਗਿਰਾ ਚੱਲਣ ਦੀ ਸੀ। ਠੀਕ ਹੈ ਫਿਰ? ਫਿਰ ਉਹਨੂੰ ਅਸੀਂ ਮੋਟਰਸਾਈਕਲ ਤੇ ਬਾਇਆ ਮੋਟਰਸਾਈਕਲ ਤੇ ਬਾ ਕੇ ਅਤੇ ਉਹਨੂੰ ਅਸੀਂ BRP ਨਹਿਰ 'ਚ ਲੈ ਗਏ ਹਾਂ ਉੱਥੇ ਜਾ ਕੇ ਪਹਿਲੇ ਉਹਨੂੰ ਸੁੱਟਿਆ ਫਿਰ ਉਹਦੀ ਮੋਟਰਸਾਈਕਲ ਸੁੱਟ ਦਿੱਤੀ ਫਿਰ ਉੱਥੇ ਅਸੀਂ ਭੱਜ ਆਏ ਮੋਟਰਸਾਈਕਲ ਵੀ ਨਹਿਰ 'ਚੋਂ ਸੁੱਟ ਦਿੱਤੀ। ਸਹੀ ਹੈ ਕਿਹੜਾ ਦਿਨ ਹੈਗਾ ਸੀ ਯਾਦ ਹੈ? ਨਹੀਂ ਦਿਨ ਵਾਰ ਨਹੀਂ ਯਾਦ 1.5 ਸਾਲ ਹੋ ਗਿਆ ਕੁਛ ਯਾਦ ਹੀ ਨਹੀਂ ਹੈ। 17 ਫਰਵਰੀ ਨੂੰ ਹੋਇਆ ਸੀ ਇਹ ਕਤਲ? ਦਾਦਾ ਨਹੀਂ ਹੈ ਸਰਦੀਆਂ ਸੀ ਨਾ ਜੀ ਜੈਕਟਾਂ ਪਾਈਆਂ ਸੀ। ਹਾਂਜੀ ਠੀਕ ਹੈ ਫਿਰ ਸੁੱਟ ਕੇ ਘਰ ਆ ਗਏ? ਘਰ ਆ ਗਏ ਠੀਕ ਹੈ ਫਿਰ ਮਸ਼ੀਰ ਆਈ ਘਰ ਵਾਪਸ? ਹਾਂਜੀ ਸੁਬਾਹ ਦਿਨ ਚੜਿਆ ਹੈਗਾ ਫਿਰ ਉਹਨੇ ਕਿਹਾ ਜੀ ਮੇਰਾ ਬੰਦਾ ਆਇਆ ਸੀ। ਠੀਕ ਹੈ ਅਸੀਂ ਉਹਨੂੰ ਤੇ ਲੜੇ ਵੀ ਸੀ ਮਸ਼ੀਰ? ਹਾਂਜੀ ਉਹਨੇ ਕਿਹਾ ਉਹਨੇ ਪੁੱਛਿਆ ਨਾ ਕਿ ਉਹ ਕਿੱਥੇ ਗਿਆ ਫਿਰ ਅਸੀਂ ਉਹਨੂੰ ਦੱਸਿਆ ਹੈਗਾ ਪਹਿਲੇ ਤਾਂ ਅਸੀਂ ਚੋਪੜਾ ਆ ਸਾਨੂੰ ਪੁੱਛੀ ਗਈ ਫਿਰ ਅਸੀਂ ਥੋੜ੍ਹੀ ਦੇਰ ਬਾਅਦ ਦੱਸਿਆ ਹੈਗਾ ਕਿ ਮਸਲਾ ਬਣਿਆ ਸਾਨੂੰ ਗੁੱਸਾ ਚੜ ਗਿਆ ਲੇਕਿਨ ਅਸੀਂ ਉਹਨੂੰ ਮਾਰਨ ਦੇ ਰਾਤ ਦੇ ਉਹਦੀ ਗਿੱਚੀ ਘੁੱਟੀ ਲੇਕਿਨ ਸਾਡੇ ਕੋਲ ਬਹੁਤ ਹੀ ਘੁੱਟੀ ਗਈ ਉਹ ਫਿਰ ਸਾਡੇ ਨਾਲ ਲੜਨ ਬਹਿ ਪਈ ਹੈ। ਅੱਛਾ ਉਹ ਲੜਦੀ ਰਹੀ ਹੈ ਉਹਨੂੰ ਅਸੀਂ ਸਮਝਾਉਂਦੇ ਰਹੇ ਕਿ ਹੁਣ ਗੱਲ ਨੂੰ ਇੱਥੇ ਖਤਮ ਕਰ ਦੇ ਲੇਕਿਨ ਉਹ ਰੋਈ ਗਈ ਹੈ 2 ਦਿਨ ਸਾਡੇ ਘਰ ਇਹੀ ਗੱਲ ਚੱਲਦੀ ਰਹੀ ਹੈ 2 ਦਿਨਾਂ ਬਾਅਦ ਉਹਨੇ ਫਿਰ ਗੱਲ ਜਿਹੜੀ ਹਾਂਜੀ ਹਾਂਜੀ 2 ਦਿਨਾਂ ਬਾਅਦ ਫਿਰ ਉਹਨੇ ਨਾ ਗੱਲ ਖਤਮ ਕਰਤੀ ਕਿ ਚਲ ਮੇਰਾ ਬੰਦਾ ਤੇ ਮਰਨ ਵਾਲਾ ਮਰ ਗਿਆ ਭਰਾ ਬਚਾ ਲਾਂ। ਠੀਕ ਹੈ ਉਹ ਫਿਰ ਗੱਲ ਅਸੀਂ ਉੱਥੇ ਰਫਾ ਦਫਾ ਕਰ ਦਿੱਤੀ ਆਪਸ 'ਚ ਫੈਮਿਲੀ ਦੇ ਵਿੱਚ। ਹਾਂਜੀ ਠੀਕ ਹੈ ਤੇ ਮੁਕੱਦਮਾ ਤੇ ਦਰਜ ਹੋ ਗਿਆ ਸੀ ਉਹਦਾ ਜੀ ਉਹਦੀ ਲਾਸ਼ ਵੀ ਲੱਭ ਗਈ 2 ਦਿਨਾਂ ਬਾਅਦ ਉਹ ਫਿਰ ਗਏ ਤੁਸੀਂ ਉੱਥੇ? ਹਾਂਜੀ ਮਨਾਵਾ ਥਾਣੇ ਵਾਲਿਆਂ ਨੇ ਸਾਨੂੰ ਫਿਰ ਸੱਦਿਆ। ਅੱਛਾ ਸਾਡੇ ਜਿਹੜੇ ਮਦਈ ਨੇ ਉਹ ਆਏ ਨੇ ਸਾਡੇ ਕੋਲ ਉਹਨਾਂ ਨੇ ਕਿਹਾ ਜੀ ਸਾਡਾ ਤੇ ਭਰਾ ਮਰਨ ਵਾਲਾ ਮਰ ਗਿਆ ਤੁਸੀਂ ਵੀ ਨਹੀਂ ਮਾਰਿਆ ਅਸੀਂ ਵੀ ਨਹੀਂ ਮਾਰਿਆ। ਠੀਕ ਹੈ ਲੇਕਿਨ ਬਿਆਨ ਇੱਕੋ ਜਿਹਾ ਰੱਖਾਂਗੇ ਤੇ ਚਲੋ ਤੁਹਾਡੀ ਵੀ ਜਾਨ ਛੁੱਟੇਗੀ ਸਾਡੀ ਵੀ ਛੁੱਟ ਜਾਏਗੀ। 15-20 ਦਿਨ ਸਾਨੂੰ ਥਾਣੇ ਵਾਲਿਆਂ ਨੇ ਸੱਦਿਆ ਉਸ ਤੋਂ ਬਾਅਦ ਉੱਥੇ ਕੇਸ ਖਤਮ ਹੋ ਗਿਆ।
ਕੀ ਕਹਿੰਦੇ ਸੀ ਥਾਣੇ ਵਾਲੇ ਸਾਨੂੰ ਕਹਿੰਦੇ ਸੀ ਲੇਕਿਨ ਅਸੀਂ ਕਹਿੰਦੇ ਅਸੀਂ ਆਪਣਾ ਭਣੂਈਆ ਕਿਉਂ ਮਾਰਾਂਗੇ ਅਸੀਂ ਗੋਇਆ ਬਿਆਨ ਕਰਦੇ ਕੋਈ ਤੁਹਾਡੀ ਲੜਾਈ ਝਗੜੇ ਨਹੀਂ ਚੱਲ ਰਹੇ ਸੀ ਜਿਹੜੇ ਉਹਦੇ ਘਰ ਵਾਲਿਆਂ ਨੂੰ ਵੀ ਪਤਾ ਹੋਣ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਲੜਾਈ ਝਗੜਾ ਨਹੀਂ ਸੀ ਸਹੀ ਹੈ ਸਿਰਫ 15 ਕੁ ਦਿਨ ਗਏ ਹੋ ਜੀ 10-15 ਦਿਨ ਲਾਸ਼ ਦਫਨਾਈ ਵੀ ਆਪ ਹੀ ਹੈ ਹਾਂਜੀ ਜ਼ਾਹਿਰ ਜੀ ਗੱਲ ਹੈ ਪੋਸਟਮਾਰਟਮ ਕਰਵਾਇਆ ਸਭ ਕੁਝ ਕੀਤਾ ਜੀ ਤੇ ਸਕੂਨ ਨਾਲ ਜ਼ਿੰਦਗੀ ਗੁਜ਼ਾਰਦੇ ਰਹੇ ਆ ਸ਼ਾਦੀ ਹੋ ਗਈ ਸੀ ਤੇਰੀ ਉਦੋਂ ਹਾਂਜੀ ਸ਼ਾਦੀ ਹੋਈ ਸੀ ਸ਼ਾਦੀ ਹੋਈ ਸੀ ਕਿੰਨੇ ਬੱਚੇ ਸੀ ਉਦੋਂ ਉਦੋਂ ਮੇਰਾ ਕੋਈ ਬੱਚਾ ਨਹੀਂ ਸੀ ਕੋਈ ਬੱਚਾ ਨਹੀਂ ਸੀ ਬਾਅਦ ਚ ਬੱਚੇ ਪੈਦਾ ਹੋਏ ਜੀ ਸਹੀ ਹੈ ਖੌਫ ਨਹੀਂ ਆਇਆ ਕਦੀ ਜ਼ਿੰਦਗੀ ਦੇ ਵਿੱਚ ਆਪਣਾ ਭਨਵਈਆ ਘਰ ਹੀ ਮਾਰਤਾ ਭਰਾ ਨਾਲ ਮਿਲ ਕੇ ਲਾਸ਼ ਵੀ ਉਹਦੀ ਸੁੱਟਤੀ ਮਿਲ ਵੀ ਗਈ ਫਿਰ ਦਫਨਾ ਵੀ ਦਿੱਤਾ ਕੀ ਲੱਗਦਾ ਸੀ ਕਿ ਕਦੀ ਨਹੀਂ ਫੜਿਆ ਜਾਏਗਾ ਨਹੀਂ ਪਹਿਲੇ ਤਾਂ ਮਹੀਨਾ ਪੂਰਾ ਖੌਫ ਹੀ ਆਉਂਦਾ ਰਿਹਾ ਕਿ ਜੋ ਅਸੀਂ ਕੀਤਾ ਹੈਗਾ ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ ਕਿ ਅਸੀਂ ਕੀ ਕਰ ਬੈਠੇ ਹੈਗੇ ਉਸ ਤੋਂ ਬਾਅਦ ਜਦੋਂ ਥਾਣੇ ਕਲੇਸ਼ ਖਤਮ ਹੋ ਗਿਆ ਉਸ ਸਮੇਂ ਅਸੀਂ ਸਮਝਿਆ ਕਿ ਅਸੀਂ ਬੜੀ ਹੋ ਗਏ ਹੁਣ ਕੋਈ ਟੈਨਸ਼ਨ ਨਹੀਂ ਹੈ ਉਸ ਤੋਂ ਬਾਅਦ ਖੌਫ ਨਹੀਂ ਆਇਆ ਸਾਨੂੰ ਸਿਰਫ ਇਹੀ ਵਜ੍ਹਾ ਹੈਗੀ ਹੈ ਕਿ ਭੈਣ ਨਾਲ ਲੜਦਾ ਸੀ ਉਹਦੀ ਵਜ੍ਹਾ ਤੋਂ ਹੀ ਕਤਲ ਕੀਤਾ ਜਾਂ ਕੋਈ ਹੋਰ ਵੀ ਵਜ੍ਹਾ ਹੈ ਇਹੀ ਵਜ੍ਹਾ ਸੀ ਸਿਰਫ ਇਹੀ ਵਜ੍ਹਾ ਸਹੀ ਹੈ ਤੇ ਮਹੀਨਾ ਲੰਘ ਗਿਆ ਮਹੀਨੇ ਤੋਂ ਬਾਅਦ ਖੌਫ ਆਉਣਾ ਖਤਮ ਹੋ ਗਿਆ ਜੀ ਭੁੱਲ ਗਏ ਇਸ ਗੱਲ ਨੂੰ ਸਾਰੀ ਹਾਂਜੀ ਕੀ ਰੇਂਜ ਚੋਂ ਆਉਂਦਾ ਸੀ ਕਿ ਹੁਣ ਨਹੀਂ ਫੜੇ ਜਾਵਾਂ ਹਾਂਜੀ ਹੁਣ ਇਜ਼ੀ ਹੈ ਜ਼ਿੰਦਗੀ ਗੁਜ਼ਾਰਾਂਗੇ ਜੀ ਸਨੂਕਰ ਕਲੱਬ ਚਲਾਉਂਦਾ ਰਿਹਾ ਉਹ ਕੀ ਕਰਦਾ ਸੀ ਨਾਲ ਉਹ ਰਸ਼ਕਾ ਚਲਾਉਂਦਾ ਸੀ ਨਾਲ ਮਿਸਤਰੀ ਮਜ਼ਦੂਰੀ ਦਾ ਕੰਮ ਸਹੀ ਆਪਸ ਚ ਵੀ ਕਦੀ ਗੱਲ ਨਹੀਂ ਹੋਈ ਸਾਡੀ ਹਾਂ ਨਹੀਂ ਆਪਸ ਦੇ ਵਿੱਚ ਵੀ ਨਹੀਂ ਭੈਣ ਨੂੰ ਵੀ ਪਤਾ ਸੀ ਉਹਨੇ ਵੀ ਨਹੀਂ ਦੱਸਿਆ ਕਿ ਮੇਰਾ ਬੰਦਾ ਕਿੰਨੇ ਕਤਲ ਕੀਤਾ ਉਹਨੇ ਹੁਣ ਪਤਾ ਉਹਨੇ ਕਾਹ ਤੋਂ ਦੱਸਣਾ ਉਹਨੇ ਆਪਣੇ ਭਰਾ ਬਚਾ ਲੈ ਕਿ ਭਰਾ ਹਾਂਜੀ ਸ਼ਾਦੀ ਵੀ ਕਰ ਲਈ ਭੈਣ ਨੇ ਹਾਂ ਹੁਣ 1.5 ਸਾਲ ਬਾਅਦ ਹੋਣ ਕੀਤੀ ਉਹਦੇ ਕਦੋਂ ਕੀਤੀ ਸੀ ਐ ਤਕਰੀਬਨ 15-20 ਦਿਨ ਹੋਏ ਨੇ ਸਹੀ ਹੈ ਹੁਣ ਜ਼ਿੰਦਗੀ ਠੀਕ ਚੱਲ ਰਹੀ ਸੀ ਜੀ ਤੇ ਹੁਣ ਤੇ ਫੜੇ ਗਏ ਕਤਲ ਦੇ ਮੁਕੱਦਮੇ ਚ ਹਾਂਜੀ ਫਿਰ ਮੁਲਾਕਾਤ ਹੋਈ ਉਹਨਾਂ ਦੇ ਮੁਦਈਆਂ ਦੇ ਨਾਲ ਤੁਹਾਡੀ ਹਾਂਜੀ ਕਤਲ ਚ ਫੜਿਆ ਗਿਆ ਜਦੋਂ ਨਹੀਂ ਉਹ ਸਵਾ ਨਹੀਂ ਹੋਈ ਨਹੀਂ ਮਿਲੇ ਸਹੀ ਕਿਵੇਂ ਫੜਿਆ ਗਿਆ ਫੜੇ ਜਾਣ ਦੀ ਸਟੋਰੀ ਸੁਣਾ ਮੈਂ ਸਨੂਕਰ ਕਲੱਬ ਤੇ ਸੀ ਕਾਮਰਾਨ ਭਾਇਨ ਤੇ ਵਾਹ ਗੁਜਰ ਭਾਇਨ ਆਏ ਨੇ ਉੱਥੇ ਆਏ ਨੇ ਤੇ ਉਹਨਾਂ ਨੇ ਨਾਮ ਪੁੱਛਿਆ ਮੇਰਾ ਪੁੱਠਾ ਨਾਮ ਪੁੱਛਿਆ ਹੈਗਾ ਮੈਂ ਨਾਮ ਦੱਸਿਆ ਪੁੱਠਾ ਕਿਹੜਾ ਸਾਬੀ ਸਾਬੀ ਜੀ ਅਸਲ ਨਾਂ ਕੀ ਤੇਰਾ ਸ਼ਬਾਜ਼ ਸ਼ਬਾਜ਼ ਉਰਫ ਸਾਬੀ ਜੀ ਅੱਛਾ ਇਹ ਪੁੱਛਿਆ ਪੁੱਛ ਕੇ ਤੇ ਮੈਨੂੰ ਇੱਥੇ ਲੈ ਆਏ ਅੱਛਾ ਉਹ ਲੈ ਆਏ ਕਾਮਰਾਨ ਸਾਹਿਬ ਲੈ ਆਏ ਜੀ ਪਤਾ ਹੀ ਕਤਲ ਦਾ ਕੀ ਹੁੰਦੀ ਸਦਾ ਦੇਖੋ ਹੁਣ ਜੱਜ ਸਾਹਿਬ ਕੋ ਜਾ ਕੇ ਪਤਾ ਲੱਗੇਗਾ ਕੀ ਸਜ਼ਾ ਦਿੰਦੇ ਅੱਛਾ ਉਂਝ ਨਹੀਂ ਪਤਾ ਕਤਲ ਦੀ ਸਜ਼ਾ ਕੀ ਹੁੰਦੀ ਨਹੀਂ ਸਰ ਕਤਲ ਦੀ ਸਜ਼ਾ ਹੈ ਮੌਤ ਹੁੰਦੀ ਹੈ ਸਜ਼ਾ ਜੋ ਰੱਬ ਨੂੰ ਮਨਜ਼ੂਰ ਹੋਣ ਠੀਕ ਹੈ ਤੇ ਕੋਈ ਗੱਲ ਕਰਨਾ ਚਾਹੁੰਦਾ ਹੈ ਕੋਈ ਸ਼ਰਮਿੰਦਗੀ ਹੈ ਕਿਸੇ ਨੂੰ ਦੱਸਣਾ ਚਾਹੁੰਦਾ ਹੈ ਕਤਲ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕਿਵੇਂ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਕੋਈ ਪਤਾ ਲੱਗਾ ਹੋਵੇ ਤੇ ਦੱਸ ਲੋਕਾਂ ਨੂੰ ਵੀ ਤੇਰੀ ਤਰ੍ਹਾਂ ਦੇ ਹੋਰ ਵੀ ਨੇ ਮੈਂ ਇਹੀ ਕਹਾਂਗਾ ਕਿ ਕਤਲ ਕਦੀ ਲੁਕਦਾ ਨਹੀਂ ਹੈ ਸਾਹਮਣੇ ਆ ਹੀ ਜਾਂਦਾ ਲੁਕਾਉਣ ਦੀ ਕੋਸ਼ਿਸ਼ ਨਾ ਕਰੋ ਤੇਰੇ ਵੱਲੋਂ ਤੇ ਲੁਕ ਗਿਆ ਸੀ ਪੂਰਾ ਹਾਂਜੀ ਮੇਰੇ ਵੱਲੋਂ ਲੁਕ ਗਿਆ ਸੀ ਤੇ ਫਿਰ ਸਾਹਮਣੇ ਆ ਗਿਆ ਹਾਂਜੀ ਹੋਰ ਕੀ ਐਡਵਾਈਸ ਹੈ ਕੋਈ ਵੀ ਨਹੀਂ ਹੋਰ ਕੋਈ ਨਹੀਂ ਹਾਂ ਬਈ ਤੇਰਾ ਕੀ ਨਾਂ ਹੈ ਸਾਜਦ ਕੀ ਹੋਇਆ ਸੀ ਉਦੋਂ ਇੰਨਾ ਜਜ਼ਬਾਤੀ ਕਿਉਂ ਹੋ ਗਏ ਕਤਲ ਹੀ ਕਰਤਾ ਸਿਰਫ ਲੜਾਈ ਝਗੜੇ ਜਾਂ ਮਾਰ ਕੁਟਾਈ ਤੋਂ ਤੇ ਸਾਲੇ ਭਨਵਈਆ ਨੂੰ ਕਤਲ ਨਹੀਂ ਕਰਦੇ ਕਿਉਂਕਿ ਇਹ ਤੇ ਅਕਸਰ ਔਕਾਤ ਮੈਂ ਵੇਖਿਆ ਚੱਲਦਾ ਰਹਿੰਦਾ ਲੜਾਈ ਝਗੜੇ ਹੋਰ ਮਾਮਲਾ ਕੀ ਹੋ ਹੋਰ ਮਾਮਲਾ ਕੋਈ ਨਹੀਂ ਲੇਕਿਨ ਕੋਈ ਬੰਦਾ ਇੱਕ ਦਿਹਾੜੀ ਹੁੰਦਾ ਦੋ ਦਿਹਾੜੀ ਹੁੰਦਾ ਇਸ ਦਿਨ ਹੀ ਕੁੱਟਣ ਮਾਰਨ ਦਾ ਕੰਮ ਜਿਹੜਾ ਉਹਨਾਂ ਅੱਛਾ ਨਹੀਂ ਸੀ ਅੱਛਾ ਸਾਨੂੰ ਇਹ ਚੀਜ਼ ਅੱਛੀ ਨਹੀਂ ਸੀ ਲੱਗਦੀ ਅੱਛਾ ਕਿਸ ਵਜ੍ਹਾ ਤੋਂ ਜਿਹੜਾ ਪਲੈਨਿੰਗ ਕਰ ਲਈ ਸੀ ਪਹਿਲਾਂ ਹੀ ਕਿ ਭਨਵਈਆ ਮਾਰਨਾ ਨਹੀਂ ਪਲੈਨਿੰਗ ਹੀ ਕਰਨੀ ਸੀ ਉਸ ਟਾਈਮ ਗੁੱਸਾ ਆਇਆ ਪਲੱਸ ਉਸ ਟਾਈਮ ਸਿਸਟਰ ਉੱਥੇ ਚਲੇ ਗਈ ਸਾਨੂੰ ਗੁੱਸਾ ਆਇਆ ਅਸੀਂ ਉਹਨੂੰ ਮਾਰਿਆ ਉਹ ਸਿਸਟਰ ਦੇ ਸਾਹਮਣੇ ਕੁੱਟਣਾ ਸ਼ੁਰੂ ਕਰਤਾ ਸੀ ਉਹਨੇ ਨਹੀਂ ਸਿਸਟਰ ਸਿਸਟਰ ਚਲੇ ਗਈ ਸੀ ਉਸ ਟਾਈਮ ਜਿਹੜੇ ਅਸੀਂ ਉਹਨੂੰ ਮਾਰਿਆ ਨਹੀਂ ਨਹੀਂ ਕਤਲ ਨਹੀਂ ਕੁੱਟਣਾ ਤੇ ਚਪੇੜਾ ਚਪੇੜੀ ਤੇ ਹੋ ਗਏ ਸੀ ਉਹ ਆਪਣੀ ਬੁੱਢੀ ਨੂੰ ਮਾਰਨ ਲੱਗ ਪਿਆ ਹੈਨਾ ਤੇ ਤੁਸੀਂ ਉਹਨੂੰ ਮਾਰਨਾ ਸ਼ੁਰੂ ਕਰਤਾ ਬੁੱਢੀ ਉਹਦੀ ਉੱਥੇ ਚਲੇ ਗਈ ਮੇਰੀ ਸਿਸਟਰ ਨਾਲ ਉੱਥੇ ਛਾਲ ਕੇ ਦਾ ਸੀ ਉੱਥੇ ਚਲੇ ਗਈ ਉਹ ਦੁਬਾਰਾ ਨਹੀਂ ਆਈ ਉਹ ਸਵੇਰੇ ਆਈ ਉਸ ਤੋਂ ਫਿਰ ਪੈਰ ਸਾਲ ਨਹੀਂ ਇਕੱਠੇ ਰਹਿੰਦੇ ਅਸੀਂ ਤੇ ਤੇਰੀ ਬੁੱਢੀ ਅਲ ਸਾਲ ਗਿਰਾ ਕਿਹੜੀ ਸੀ ਮੇਰੀ ਸਿਸਟਰ ਦੀ ਬੇਟੀ ਦੀ ਸੀ ਮੇਰੀ ਛੋਟੀ ਭੈਣ ਦੀ ਰੈਮਟੋਨ ਅੱਛਾ ਕਿਸੇ ਹੋਰ ਭੈਣ ਦੀ ਹਾਂਜੀ ਉਹਦੀ ਸੀ ਸਹੀ ਉਹ ਤੇਰੇ ਗਈ ਏ ਤੇ ਉਹ ਫਿਰ ਇਕੱਲਾ ਰਹਿ ਗਿਆ ਅਸੀਂ ਵੀ ਇਕੱਲੇ ਰਹਿ ਗਏ ਸਾਨੂੰ ਉਸ ਟਾਈਮ ਟਾਈਮ ਲੱਭਾ ਫਿਰ ਉਹਨੇ ਗੱਲਾਂ ਅਸੀਂ ਉਹਨਾਂ ਕੀਤੀਆਂ ਉਹਨੇ ਸਾਨੂੰ ਕੀ ਗੱਲਾਂ ਕੀਤੀਆਂ ਉਹ ਦੱਸ ਜ਼ਰਾ ਅਸੀਂ ਉਹਨੂੰ ਕਿਹਾ ਗਈ ਹੈ ਕਿ ਤੂੰ ਇਸ ਕਿਉਂ ਕਰਨਾ ਹੈ ਹਾਂ ਤੂੰ ਆਏ ਦਿਨ ਕੁੱਟਣਾ ਕਾਹਤੇ ਕੁੱਟਣਾ ਹੈ ਉੱਠ ਕੇ ਉਹਨੇ ਮੇਰੇ ਚਪੇੜ ਮਾਰੀ ਅੱਛਾ ਠੀਕ ਉਹਨੇ ਚਪੇੜ ਮਾਰੀ ਫਿਰ ਸਾਨੂੰ ਹਾਂ ਫਿਰ ਸਾਨੂੰ ਗੁੱਸਾ ਆਇਆ ਅੱਛਾ ਮੈਂ ਉਹਨੂੰ ਫੜ ਕੇ ਉਹਨੂੰ ਚੁੱਕ ਕੇ ਥੱਲਿਆ ਸੁੱਟਿਆ ਅੱਛਾ ਫਿਰ ਉਹਦੇ ਮੋਢੇ ਸਿਹਤਮੰਦ ਸੀ ਉਹ ਨਹੀਂ ਮੇਰੇ ਤਰ੍ਹਾਂ ਹੀ ਸੀ ਸਮਾਰਟ ਹੀ ਸੀ ਹਾਂਜੀ ਮੈਂ ਉਹਨੂੰ ਸੁੱਟ ਕੇ ਥੱਲਿਆ ਸੁੱਟਿਆ ਉੱਥੇ ਮੈਂ ਬਾਹਾਂ ਦੇ ਉੱਤੇ ਗੋਟੇ ਰੱਖੇ ਨੇ ਉਸ ਤੋਂ ਬਾਅਦ ਮੇਰੇ ਗੱਲ 'ਚ ਘਸੁੰਨ ਮਾਰ ਕੇ ਉਹਦੇ ਗੱਲ 'ਚ ਰੱਸੀ ਪਾਈ ਹੈ ਰੱਸੀ ਕਿੱਥੋਂ ਆਈ ਰੱਸੀ ਲੱਗ ਕੇ ਪਈ ਬੱਕਰੇ ਰੱਖੇ ਸੀ ਘਰ ਦੇ ਵਿੱਚ ਉਹ ਰੱਸੀ ਲੱਗ ਕੇ ਪਈ ਉਹ ਰੱਸੀ ਪਾਈ ਹੈ ਲੇਕਿਨ ਮਾਰਦੇ ਰਾਤੇ ਦੇ ਨਹੀਂ ਸਹਿ ਲੇਕਿਨ ਜੋ ਰੱਬ ਨੂੰ ਮਨਜ਼ੂਰ ਅੱਛਾ ਹੋਣਾ ਜੋ ਸਾਡੇ ਮੁਕੱਦਰਾਂ 'ਚ ਰੱਸੀ ਪਾਈ ਫਿਰ ਹਾਂਜੀ ਰੱਸੀ ਪਾਈ ਉਹ ਗਲਾ ਘੁੱਟਿਆ ਗਿਆ ਉਹਦਾ
ਫੜੀਆਂ ਮੈਂ ਕਿਹੀ ਘੋੜ ਦਿੱਤੀ।